ਵਿੱਚ ਤੁਸੀਂ ਦਿਖਾਓ MSP ਕਿਤੇ ਵੀ ਲਿਖਿਆ ਹੋਇਆ ਹੈ ਤੇ ਸਾਨੂੰ ਕਿਸੇ ਨੇ ਵੜਨ ਨਹੀਂ ਦੇਣਾ। ਹਰਸਿਮਰਤ ਨੇ ਫਿਰ ਅਸਤੀਫਾ ਦਿੱਤਾ। ਜੇ ਕਿਸਾਨ ਹਿਤੈਸੀ ਕਹਾਉਂਦਾ ਬੱਸਾਂ ਲਾ ਦਿਓ, ਉਹਦੀ 2500 ਬੱਸ ਹੈ, ਔਰਬਿਟ ਬੱਸਾਂ ਲਾਵੇ ਉਰੇ। ਬੀਬੀ ਜਗੀਰ ਕੌਰ ਦੀ ਵੀ ਨਿਖੇਧੀ ਕਰਦੇ ਹਾਂ, ਉਹਦੇ ਉਹਦਾ ਵੀ ਘਰੋ ਕਰਾਂਗੇ ਅਸੀਂ। ਪਾਰਟੀ ਨੂੰ ਨਾ ਅਕਾਲੀਆਂ ਨਾ ਕਾਂਗਰਸ, ਅਸੀਂ ਕਿਸੇ ਨੂੰ ਮੂੰਹ ਨਹੀਂ ਲਾਉਂਦੇ। ਅਵਾਨੀ ਅਡਾਨੀ ਉਹਨਾਂ ਦੀ ਬੋਲੀ ਬੋਲਦੇ ਨੇ ਵੀ ਸਾਰਾ ਕਰਜ਼ਾ ਤੁਹਾਡਾ ਮਾਫ ਕਰਾਂ, ਸਾਨੂੰ ਜਿੱਤਿਓ। ਬਾਬਾ ਜੀ ਤੁਹਾਡਾ ਕੀ ਕਹਿਣਾ ਜੀ? ਹਾਂਜੀ, ਮੈਂ ਕਸ਼ਮੀਰ ਸਿੰਘ ਘਰਾਚੋਂ, ਡਿਸਟ੍ਰਿਕਟ ਸੰਗਰੂਰ, ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ। ਅਸੀਂ 26 ਤਰੀਕ ਦੇ ਉਰੇ ਆਏ ਹੋਏ ਹਾਂ ਵੀ ਜੋ ਇਹ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਨੇ ਇਹ ਬਹੁਤ ਮਾਰੂ ਨੇ, ਕਿਉਂਕਿ ਇਹਨਾਂ ਨਾਲ ਕਿਸਾਨ ਤਾਂ ਬਿਲਕੁਲ ਤਬਾਹ ਹੋਣਾ ਹੀ ਹੋਣਾ ਹੈ, ਨਾਲ ਜੋ ਆਮ ਵੀ ਸਾਰਾ ਦੇਸ਼ ਹੀ ਤਬਾਹ ਹੋਊਗਾ, ਕਿਉਂਕਿ ਇਹ ਬਹੁਤ ਮਾੜੇ ਨੇ। ਸਾਡੇ ਕੋਲ ਇਹਦੀਆਂ ਕਾਪੀਆਂ ਨੇ, ਆਹ ਦੇਖੋ, ਆਹ ਸਾਡੇ ਕੋਲ ਇਹਦੀਆਂ ਜੇਬਾਂ 'ਚ ਹੀ ਰੱਖਦੇ। ਹਾਂਜੀ, ਇਹ ਬਿੱਲ ਹੈ ਜਿਹੜਾ ਇਹਨਾਂ ਨੇ ਪਾਸ ਕਰਿਆ, ਇਹਦੇ ਵਿੱਚ MSP ਕਿਤੇ ਵੀ ਲਿਖੀ ਨਹੀਂ। ਇਹ ਜਮੀ ਤਬਾਹ ਕਰ ਦੇਣਾ ਇਹਨੇ, ਕਿਸਾਨਾਂ ਨੇ ਜਮੀ, ਇਸ ਬਿੱਲ ਨੇ ਜਮੀ ਤਬਾਹ ਕਰ ਦੂਗਾ। ਆਹ ਬਿੱਲ ਦੀਆਂ ਕਾਪੀਆਂ ਨੇ, ਸਾਰਾ ਹਰ ਇੱਕ ਨੂੰ ਪਤਾ ਹੈ, ਕਿਉਂਕਿ ਜਿੰਨਾ ਚਿਰ ਰੱਦ ਨਹੀਂ ਹੁੰਦੇ ਅਸੀਂ ਜਾਂਦੇ ਨਹੀਂ। ਪਰ ਕਈ ਵਾਰੀ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਭਾਜਪਾ ਦੇ ਕੁਛ ਲੀਡਰ ਨੇ ਜਿਹੜੇ ਬਿਆਨ ਦਿੰਦੇ ਸੀ ਕਿ ਇਹ ਬਿੱਲਾਂ ਦੇ ਵਿੱਚ ਮਤਲਬ ਇਹ ਬਿੱਲ ਨੇ ਇਹਦੇ ਨਾਲ ਖੇਤੀ ਹੋਰ ਉੱਪਰ ਉੱਠੂਗੀ, ਹੋਰ ਮੰਡੀ ਨਾਲ ਫਾਇਦਾ ਹੋਊਗਾ, ਉਹਨਾਂ ਨੂੰ ਤੁਸੀਂ ਕੀ ਕਹੋ? ਨਹੀਂ, ਇਹਦੇ ਵਿੱਚ ਤੁਸੀਂ ਦਿਖਾਓ MSP ਕਿਤੇ ਵੀ ਲਿਖਿਆ ਹੋਇਆ ਹੈ, ਜੇ ਹੈ ਅਸੀਂ ਮੰਨ ਜਾਵਾਂਗੇ। ਫਿਰ ਉਹ ਕਿਉਂ ਕਹੀ ਜਾਂਦੇ ਨੇ? ਉਹ ਤਾਂ ਗਲਤ ਕਹਿੰਦੇ ਨੇ, ਲੋਕਾਂ ਨੂੰ ਗਲਤ ਪ੍ਰਚਾਰ ਕਰਦੇ ਨੇ, ਕਿਉਂਕਿ ਆਮ ਉਹਨਾਂ ਤਾਂ ਅਵਾਨੀ ਅਡਾਨੀ ਉਹਨਾਂ ਦੀ ਬੋਲੀ ਬੋਲਦੇ ਨੇ, ਜੋ ਵੀ ਉਹ ਬੋਲਦੇ ਨੇ ਉਹਨਾਂ ਦੀ ਬੋਲੀ ਬੋਲਦੇ ਨੇ। ਕਿਤੇ MSP ਨਹੀਂ, ਇੱਥੇ ਦੋ ਮੰਡੀਆਂ ਬਣਾ ਦੇਣੀਆਂ ਨੇ, ਸਾਡੀ ਜਿਹੜੀ FCI ਖਤਮ ਹੋ ਜੂ, ਅਤੇ ਪੰਜਾਬ ਦੇ ਵਿੱਚ ਜੋ ਮੰਡੀਕਰਨ ਬੋਰਡ ਹੈ, ਮਾਰਕੀਟ ਕਮੇਟੀ, ਉਹ ਸਾਰੀ ਖਤਮ ਹੋ ਜੂਗੀ, ਕਿਉਂਕਿ ਇਹ ਤਾਂ ਬਾਹਰਲੀ ਜੋ ਮਨ ਮਰਜ਼ੀ ਰੇਟ ਉਹਨਾਂ ਨੇ ਦੇਣਾ। ਪੰਜਾਬ ਸਰਕਾਰ ਜਿਹੜੀ ਕਾਂਗਰਸ ਵੀ ਸਰਕਾਰ ਵੀ ਕਹਿ ਲਈਏ, ਅਤੇ ਉਹ ਤੁਹਾਨੂੰ ਲੱਗਦਾ ਵੀ ਤੁਹਾਡੇ ਹਮਾਇਤ 'ਚ ਹੈ? ਨਹੀਂ, ਉਹ ਹਮਾਇਤ ਦੇ ਵਿੱਚ ਨਹੀਂ, ਉੱਤੋਂ ਉੱਤੋਂ ਬੋਲਦੇ ਨੇ, ਕਿਉਂਕਿ ਜਦੋਂ ਇਹ ਕਿਸਾਨੀ ਸੰਘਰਸ਼ ਬਹੁਤ ਵੱਡਾ ਹੋਇਆ, ਕਿਉਂਕਿ ਆਪਦੀਆਂ ਵੋਟਾਂ ਦੇ ਵਾਸਤੇ ਫਿਰਦੇ ਨੇ ਉਹ ਸਿਆਸੀ ਬੰਦੇ ਨੇ, ਉਹ ਆਪਦੀ ਸਿਆਸਤ ਕਰਨ ਦੇ ਬਾਰੇ ਫਿਰਦੇ ਨੇ, ਕਿਉਂਕਿ ਉਹ ਕੋਈ ਕਿਸਾਨਾਂ ਨਾਲ, ਜੇ ਪੰਜਾਬ ਸਰਕਾਰ ਇੰਨੀ ਕਿਸਾਨ ਹਿਤੈਸੀ ਹੁੰਦੀ ਤਾਂ ਸਾਡੇ ਕਰਜ਼ੇ ਮਾਫ਼ ਕਰ ਦਿੰਦੀ, ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਕੋਈ ਵੀ ਕਰਜ਼ਾ ਹੋਵੇ, ਚਾਹੇ ਉਹ ਆੜ੍ਹਤੀਆਂ ਦਾ, ਚਾਹੇ ਕਿਸੇ ਵੀ ਬੈਂਕ ਦਾ, ਨੈਸ਼ਨਲ ਬੈਂਕ ਦਾ, ਕੋਆਪਰੇਟਿਵ ਬੈਂਕ ਦਾ, ਵੀ ਸਾਰਾ ਕਰਜ਼ਾ ਤੁਹਾਡਾ ਮਾਫ਼ ਕਰਾਂਗੇ, ਸਾਨੂੰ ਜਿੱਤਿਓ, ਕਿਉਂਕਿ ਜੇ ਕੈਪਟਨ ਸਾਹਿਬ ਇੰਨੇ ਹਿਤੈਸੀ ਨੇ ਕਿਸਾਨਾਂ ਦਾ, ਸਾਰਾ ਉਹ ਸਾਡਾ ਕਰਜ਼ਾ ਮਾਫ਼ ਕਰ ਦੇਣ। ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਵੀ ਉੱਤੋਂ ਉੱਤੋਂ ਹੰਝੂ ਵਹਾਉਂਦੇ ਨੇ, ਜਦੋਂ ਕਿਸਾਨਾਂ ਦਾ ਸੰਘਰਸ਼ ਤੇਜ਼ ਹੋਇਆ ਪੂਰਾ, ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਸਾਨੂੰ ਕਿਸੇ ਨੇ ਵੜਨ ਨਹੀਂ ਦੇਣਾ, ਹਰਸਿਮਰਤ ਨੇ ਫਿਰ ਅਸਤੀਫਾ ਦਿੱਤਾ। ਜੇ ਕਿਸਾਨ ਹਿਤੈਸੀ ਕਹਾਉਂਦਾ ਬੱਸਾਂ ਲਾ ਦਿਓ, ਉਹਦੀ 2500 ਬੱਸ ਹੈ, ਔਰਬਿਟ ਬੱਸਾਂ ਲਾਵੇ ਉਰੇ, ਲਿਆਵੇ ਬੰਦੇ, ਕਿਉਂਕਿ ਆਪਦਾ ਤਾਂ ਉਹ ਤਾਂ ਇੱਕ ਰੋਟੀਆਂ ਸੇਕਣ ਦੇ ਬਾਰੇ। ਕੱਲ੍ਹ ਬੀਬੀ ਜੰਗੀਰ ਕੌਰ ਨੇ ਬਿਆਨ ਦਿੱਤਾ, ਇਹ ਬਹੁਤ ਗਲਤ ਹੈ, ਅਸੀਂ ਉਹਦੀ ਨਿੰਦਿਆ ਕਰਦੇ ਹਾਂ। ਉਹਨੇ ਕਿਹਾ ਵੀ ਕਿਸਾਨ ਮੂਹਰੇ ਅਸੀਂ ਲਾਏ ਨੇ, ਕਿ ਉਹਨਾਂ ਦਾ ਕੋਈ ਅੰਦੋਲਨ ਨਹੀਂ, ਇਹ ਬਹੁਤ ਗਲਤ ਕਹਿੰਦੀ। ਅਸੀਂ ਬੀਬੀ ਜੰਗੀਰ ਕੌਰ ਦੀ ਵੀ ਨਿਖੇਧੀ ਕਰਦੇ ਹਾਂ, ਉਹਦੇ ਉਹਦਾ ਵੀ ਘਰੋ ਕਰਾਂਗੇ ਅਸੀਂ, ਕਿਉਂਕਿ ਹਾਂਜੀ ਹੁਣ ਤੱਕ ਅੱਜ ਤਾਜ਼ੀ ਖਬਰ ਆ ਰਹੀ ਹੈ ਕਿਹੜਾ ਪ੍ਰਕਾਸ਼ ਸਿੰਘ ਬਾਦਲ ਹੈ PGI ਹੋ ਗਿਆ ਦਾਖਲ, ਤੁਹਾਨੂੰ ਕੀ ਲੱਗਦਾ ਹੁਣ? ਨਹੀਂ, ਉਹ ਹੁਣ ਉਹਨੂੰ ਪਤਾ ਹੈ ਵੀ ਹੁਣ ਮੈਨੂੰ ਕੁਰਸੀ ਨਹੀਂ ਮਿਲਣੀ, ਕਿਉਂਕਿ ਜਿਹੜੇ ਕਿਸਾਨ ਨੇ ਸਿਆਣੇ ਹੋ ਗਏ, ਇਹ ਅਸੀਂ ਨਾ ਤਾਂ ਕਿਸੇ ਆਮ ਪਾਰਟੀ ਨੂੰ, ਨਾ ਅਕਾਲੀਆਂ, ਨਾ ਕਾਂਗਰਸ, ਅਸੀਂ ਕਿਸੇ ਨੂੰ ਮੂੰਹ ਨਹੀਂ ਲਾਉਂਦੇ, ਕਿਉਂਕਿ ਇਹ ਕਿਸਾਨਾਂ ਦਾ ਅੰਦੋਲਨ ਹੈ, ਸਿਰਫ ਅਸੀਂ ਕਿਸਾਨੀ ਤੱਕ ਹੀ ਸੀਮਿਤ ਰੱਖਾਂਗੇ, ਕੋਈ ਵੀ ਬੰਦਾ ਕਿਸਾਨ ਹਿਤੈਸੀ ਨਹੀਂ ਇਹਨਾਂ ਦੇ ਵਿੱਚੋਂ। ਕਿਤੇ ਉਦੋਂ ਬਾਅਦ ਆਪਾਂ ਪੰਜਾਬ ਜਾ ਕੇ ਫਿਰ ਉਹੀ ਆਪਾਂ ਜਿਹੜਾ 2000 ਖਾਤੇ 'ਚ ਪਾਉਂਦੇ ਨੇ ਉਹੀ ਪੈਨਸ਼ਨ ਵਾਲੇ ਚੱਕਰ 'ਤੇ ਕਿਤੇ ਫਿਰ ਤਾਂ ਨਹੀਂ ਆਪਾਂ? ਨਹੀਂ, ਹੁਣ ਨਹੀਂ, ਅਸੀਂ ਹੁਣ ਤਵਾਰ ਨਹੀਂ ਕਰਦੇ ਮੋਦੀ ਦੇ ਉੱਤੇ। ਇਹਨਾਂ ਨੂੰ ਪਹਿਲਾਂ ਵੋਟਾਂ ਲੈ ਗਿਆ ਇਹ, 2014 ਦੇ ਵਿੱਚ ਇਹਨੇ ਕਿਹਾ ਵੀ ਮੈਂ ਸਵਾਮੀਨਾਥਨ ਰਿਪੋਰਟ ਲਾਗੂ ਕਰੂੰ, ਲੇਕਿਨ ਉਹ ਨਹੀਂ ਕਰੀ ਇਹਨੇ, ਸੁਪਰੀਮ ਕੋਰਟ ਦੇ ਵਿੱਚ ਉਹ ਇਹਨੇ ਜਵਾਬ ਦੇ ਕੇ ਆਇਆ, ਉਹ ਤਾਂ ਹੀ ਸਾਡਾ ਚੁਣਾਵੀ ਜੁਮਲਾ ਸੀ। ਹੁਣ 2019 ਦੇ ਵਿੱਚ ਜੋ ਜਿੱਤਿਆ ਇਹ, ਉਹਦਾ ਇਹੀ ਕਾਰਨ ਸੀ ਵੀ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰ। ਆਹ ਦੁੱਗਣੀ ਕਰਤੀ ਦੇਖੋ, ਇਹ ਤਾਂ ਆਮਦਨ ਹੁਣ ਸਾਡੀ ਅੱਧੀ ਵੀ ਨਹੀਂ ਰਹਿਣੀ, ਇਹਦੇ ਨਾਲ ਇਹ ਤਾਂ ਸਾਰਾ ਜੁਮਲੇਬਾਜ਼ੀ ਕਰਦੇ ਨੇ ਇਹ। ਇੱਥੇ ਆ ਕੇ ਆਪਣਾ ਪੰਜਾਬ, ਹਰਿਆਣੇ ਵਾਲੇ ਕਿ ਸਾਰੇ ਰਾਜਾਂ ਵਾਲੇ ਇਕੱਠੇ ਹੋ ਗਏ, ਜਦੋਂ ਆਪਾਂ ਉਦੋਂ ਬਾਅਦ ਆਪਣੇ ਪਿੰਡਾਂ 'ਚ ਜਾਵਾਂਗੇ, ਕੀ ਉਹ ਜਿਹੜੀਆਂ ਪੋਲੀਟੀਕਲ ਰਾਜਨੀਤਿਕ ਪਾਰਟੀਆਂ ਪਿੱਛੇ ਜਿਹੜੀਆਂ ਆਪਣੇ ਪਿੰਡਾਂ 'ਚ ਪਾਰਟੀਬਾਜ਼ੀ ਹੈ ਉਹ ਹੋ ਜੂਗੀ ਖਤਮ? ਨਹੀਂ, ਉਹ ਖਤਮ ਹੋਊਗੀ, ਹੁਣ ਸਿਆਸੀ ਪਾਰਟੀਆਂ ਨੂੰ ਪਤਾ ਲੱਗ ਗਿਆ ਜਿਹੜੀਆਂ ਚੋਣਾਂ ਲੜਨਗੀਆਂ ਕਿਸਾਨੀ ਮੁੱਦੇ ਦੇ ਉੱਤੇ ਲੜੀਆਂ ਜਾਣਗੀਆਂ ਅਗਲੀਆਂ ਚੋਣਾਂ, ਕਿਉਂਕਿ ਕਿਸਾਨ ਤਾਂ ਕਿਸੇ ਏਜੰਡੇ ਦੇ ਉੱਤੇ ਹੈ ਨਹੀਂ ਸੀ। ਇਸ ਅੰਦੋਲਨ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਸਬਕ ਸਿਖਾਇਆ ਵੀ ਜੋ ਅੱਗੇ ਵਾਸਤੇ ਚੋਣਾਂ ਲੜਦੀਆਂ ਨੇ ਉਹ ਕਿਸਾਨੀ ਮੁੱਦੇ ਦੇ ਉੱਤੇ ਹੋਣ। ਹੁਣ ਜਿਹੜੀ ਕਿਸਾਨ ਯੂਨੀਅਨ ਨੇ ਇਹ ਕਹਿੰਦੇ ਨੇ ਅਸੀਂ ਨਾ ਤਾਂ ਕਿਸੇ ਦੀ ਸਪੋਰਟ ਕਰਦੇ ਹਾਂ, ਨਾ ਚੋਣਾਂ ਆਪ ਲੜਦੇ ਹਾਂ, ਉਹ
ਜਿਹੜੇ ਚੋਰ ਨੇਤਾ ਨੇ ਉਹ ਫਿਰ ਹਾਵੀ ਹੋ ਜਾਂਦੇ ਨੇ, ਫਿਰ ਆਪਾਂ ਉਦੋਂ ਕਿਵੇਂ ਕਰੀਏ ਵੀ ਆਹ ਆਪਣੇ ਹੱਕ ਦਾ ਬੰਦਾ? ਹੁਣ ਸਾਰੇ ਕਿਸਾਨ ਲੀਡਰ, ਸਾਰੇ ਪੰਜਾਬ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਇਕੱਠੀਆਂ ਹੋ ਗਈਆਂ, ਹੁਣ ਕੋਈ ਪਲੇਨ ਬਣਾਉਣਗੀਆਂ। ਜੋ ਵੀ ਕਿਸਾਨ ਹਿਤੈਸੀ ਹੋਊਗਾ, ਪਹਿਲਾਂ ਲਿਖ ਕੇ ਦੇਊਗਾ, ਜੋ ਵੀ ਕੁਛ ਕਰੂਗਾ ਉਹ ਉਹਦੀ ਸਪੋਰਟ ਕਰਨਗੀਆਂ। ਚਲੋ ਧੰਨਵਾਦ ਬਾਬਾ ਜੀ, ਬਹੁਤ ਬਹੁਤ ਸ਼ੁਕਰੀਆ ਜੀ।